ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਦੇ ਉੱਤੇ। ਦੋਸਤੋ, ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਤੇ ਦੋਸਤੋ, ਅਸੀਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਲੈ ਕੇ ਆਉਂਦੇ ਹਾਂ। ਹਮੇਸ਼ਾ ਹੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਜਾਣਕਾਰੀ ਪਹੁੰਚਾਉਣ ਦਾ ਸਾਡਾ ਮੰਤਵ ਹੁੰਦਾ ਦੋਸਤੋ। ਅਤੇ ਜੇਕਰ ਤੁਸੀਂ ਸਾਡੀ ਪੇਡ ਸਰਵਿਸ ਲੈਣੀ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਗਰੁੱਪ ਜੁਆਇਨ ਕਰ ਸਕਦੇ ਹੋ। ਵਟਸਐਪ ਦਾ ਨੰਬਰ ਸਾਡਾ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨਡ ਆ। ਅਤੇ ਲਾਈਫ ਟਾਈਮ ਮੈਂਬਰਸ਼ਿਪ ਅਸੀਂ ਤੁਹਾਨੂੰ ਸਿਰਫ 100 ਰੁਪੀਸ ਦੇ ਵਿੱਚ ਪ੍ਰੋਵਾਈਡ ਕਰ ਰਹੇ ਹਾਂ, ਜਿੱਥੇ ਤੁਹਾਨੂੰ ਤਮਾਮ ਨੋਟੀਫਿਕੇਸ਼ਨ ਆ ਜਿਹੜੇ ਮਿਲ ਸਕਦੇ ਆ। ਅਤੇ ਦੋਸਤੋ, ਇੱਥੇ ਤੁਹਾਨੂੰ ਦੱਸ ਦਈਏ ਕਿ ਨੈਸ਼ਨਲ ਟੈਸਟਿੰਗ ਏਜੰਸੀ NTA ਵੱਲੋਂ JEE ਮੇਨ ਦਾ ਜਿਹੜਾ ਐਗਜ਼ਾਮ ਹੋਣਾ ਸੀਗਾ, ਅਤੇ ਦੋਸਤੋ ਉਸ ਐਗਜ਼ਾਮ ਦੇ ਰਿਗਾਰਡਿੰਗ ਇੱਕ ਫੇਕ ਇਨਫੋਰਮੇਸ਼ਨ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਆ ਕਿ JEE ਮੇਨ ਦਾ ਜਿਹੜਾ ਐਗਜ਼ਾਮ ਹੋਣਾ ਉਹ ਫਸਟ ਵੀਕ ਆਫ ਜੁਲਾਈ ਦੇ ਵਿੱਚ ਹੋਣਾ 2020 ਦੇ ਵਿੱਚ। ਅਤੇ ਜਿਹੜੀ ਕਿ ਇਨਫੋਰਮੇਸ਼ਨ ਗਲਤ ਹੈ ਦੋਸਤੋ, ਇਹ ਜਾਣਕਾਰੀ ਨੈਸ਼ਨਲ ਟੈਸਟਿੰਗ ਏਜੰਸੀ ਨੇ ਆਪਣੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਦਿੱਤੀ ਆ ਪਬਲਿਕ ਨੋਟਿਸ ਜਾਰੀ ਕਰਕੇ ਦੋਸਤੋ 14/4/2020 ਨੂੰ। ਅਤੇ ਦੋਸਤੋ, ਇਸ ਨੋਟਿਸ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਫੇਕ ਇਨਫੋਰਮੇਸ਼ਨ ਘੁੰਮ ਰਹੀ ਆ, ਫੇਕ ਨੋਟਿਸ ਘੁੰਮ ਰਿਹਾ ਗਾ, ਤਾਂ ਉਹ ਬਿਲਕੁਲ ਫੇਕ ਆ, ਉਹਤੇ ਕੋਈ ਯਕੀਨ ਨਾ ਕੀਤਾ ਜਾਵੇ। ਜਦੋਂ ਵੀ ਕੋਈ ਡੇਟ ਆਉਂਦੀ ਆ ਤਾਂ ਅਸੀਂ ਤੁਹਾਨੂੰ ਸਾਡੇ ਵਟਸਐਪ ਗਰੁੱਪ ਦੇ ਵਿੱਚ ਜਾਂ ਫਿਰ YouTube ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਜ਼ਰੂਰ ਦੱਸਾਂਗੇ। ਅਤੇ ਜਿਹੜੇ ਕੈਂਡੀਡੇਟ ਤਿਆਰੀ ਕਰ ਰਹੇ ਆ JEE ਮੇਨ ਦੇ ਐਗਜ਼ਾਮ ਦੀ, ਉਹਨਾਂ ਲਈ ਆਲ ਦੀ ਬੈਸਟ ਹੈ। ਅਤੇ ਜਿਹੜੇ ਕਰਨਾ ਚਾਹੁੰਦੇ ਆ, ਭਾਵ ਕਿ ਜਿਹੜੇ IIT ਦੇ ਵਿੱਚ ਐਡਮਿਸ਼ਨ ਲੈਣੀ ਚਾਹੁੰਦੇ ਆ, ਉਹਨਾਂ ਲਈ ਦੱਸ ਦਈਏ ਦੋਸਤੋ ਕਿ IIT ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਘੱਟੋ ਘੱਟ ਮਾਰਕਸ ਆ ਜਿਹੜੇ ਤੁਹਾਡੇ ਜਨਰਲ ਕੈਟੇਗਰੀ ਦੇ ਲਈ 75% ਹੋਣੇ ਚਾਹੀਦੇ ਆ। ਅਤੇ ਬਾਕੀ ਕੈਟੇਗਰੀਜ਼ ਦੇ ਲਈ ਜਿੱਦਾਂ ਕਿ SC ST ਲਈ 65% ਮਿਨੀਮਮ ਮਾਰਕਸ ਚਾਹੀਦੇ ਆ ਦੋਸਤੋ। ਅਤੇ ਸਭ ਤੋਂ ਪਹਿਲਾਂ JEE ਮੇਨ ਦਾ ਐਗਜ਼ਾਮ ਹੁੰਦਾ। JEE ਮੇਨ ਦਾ ਐਗਜ਼ਾਮ ਕਰੈਕ ਕਰਨ ਤੋਂ ਬਾਅਦ, ਕੁਆਲੀਫਾਈ ਕਰਨ ਤੋਂ ਬਾਅਦ JEE ਐਡਵਾਂਸ ਦਾ ਐਗਜ਼ਾਮ ਹੁੰਦਾ। ਫਿਰ ਦੋਸਤੋ, ਜਿਹੜੇ ਤੁਹਾਡੇ ਮਾਰਕਸ ਆ ਜਿਹੜੇ ਕੰਸੀਡਰ ਕੀਤੇ ਜਾਣੇ ਆ, ਉਹ JEE ਮੇਨ ਦੇ ਨਹੀਂ ਕੰਸੀਡਰ ਹੁੰਦੇ, ਮਾਰਕਸ ਤੁਹਾਡੇ ਓਨਲੀ JEE ਐਡਵਾਂਸ ਦੇ ਕੰਸੀਡਰ ਹੁੰਦੇ ਆ ਦੋਸਤੋ। ਅਤੇ ਇਸ ਦੇ ਲਈ ਆਪਣੀ ਤਿਆਰੀ ਕਰਕੇ ਰੱਖੋ। ਜੇਕਰ ਤੁਹਾਡਾ ਸੁਪਨਾ IIT ਦੇ ਵਿੱਚ ਐਡਮਿਸ਼ਨ ਲੈਣ ਦਾ, ਇਸ ਸਾਲ ਦੇ ਲਈ ਜਿਹੜੇ JEE ਮੇਨ ਦੇ ਐਪਲੀਕੇਸ਼ਨ ਫਾਰਮ ਨੇ ਭਰੇ ਜਾ ਚੁੱਕੇ ਨੇ, ਹੁਣ ਐਗਜ਼ਾਮ ਹੋਣਾ ਸੀਗਾ ਦੋਸਤੋ, ਉਹ ਐਗਜ਼ਾਮ ਆ ਜਿਹੜਾ ਹੁਣ ਪੋਸਟਪੋਨ ਹੋਇਆ ਲੋਕਡਾਊਨ ਦੇ ਕਰਕੇ। ਅਤੇ ਜਦੋਂ ਵੀ ਕੋਈ ਫਰੈਸ਼ ਡੇਟ ਆਉਂਦੀ ਹੈ ਅਸੀਂ ਤੁਹਾਨੂੰ ਜ਼ਰੂਰ ਜਾਣਕਾਰੀ ਇਸ ਦੀ ਦੇਵਾਂਗੇ। ਅਤੇ ਜਿਹੜੇ ਕੈਂਡੀਡੇਟਸ ਤਿਆਰੀ ਕਰ ਰਹੇ ਆ ਉਹਨਾਂ ਲਈ ਦੱਸ ਦਈਏ ਕਿ ਜੇ ਤੁਹਾਨੂੰ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਚਾਹੀਦੇ ਆ JEE ਮੇਨ ਦੇ ਐਗਜ਼ਾਮ ਦੇ ਲਈ, ਤਾਂ ਤੁਸੀਂ ਸਾਨੂੰ ਵਟਸਐਪ 'ਤੇ ਸੰਪਰਕ ਕਰ ਸਕਦੇ ਹੋ। ਵਟਸਐਪ ਨੰਬਰ ਸਾਡਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ, ਤੁਹਾਨੂੰ ਅਸੀਂ ਕੁਐਸਚਨ ਪੇਪਰ ਪ੍ਰੋਵਾਈਡ ਜ਼ਰੂਰ ਕਰਵਾਵਾਂਗੇ JEE ਮੇਨ ਦੇ ਐਗਜ਼ਾਮ ਦੇ, ਜਿੱਥੋਂ ਤੁਹਾਨੂੰ ਡਿਟੋ ਆਈਡੀਆ ਹੋਏਗਾ ਕਿ ਕਿੱਦਾਂ ਦੇ ਕੁਐਸਚਨ ਆਉਣੇ ਆ, ਕਿੱਦਾਂ ਦੀ ਤੁਹਾਡੀ ਸਟ੍ਰੈਟਜੀ ਹੋਣੀ ਚਾਹੀਦੀ ਆ। ਅਤੇ ਕਾਫੀ ਜ਼ਿਆਦਾ ਮਿਹਨਤ ਤੁਹਾਨੂੰ ਕਰਨੀ ਪੈਣੀ ਆ ਕਰੈਕ ਕਰਨ ਦੇ ਲਈ। ਅਤੇ ਬਾਕੀ ਕੋਈ ਵੀ ਕੈਂਡੀਡੇਟ ਐਡਮਿਸ਼ਨ ਦੇ ਰਿਗਾਰਡਿੰਗ ਵੀ ਅਸੀਂ ਕੁਝ ਹੀ ਦਿਨਾਂ ਦੇ ਵਿੱਚ ਵੀਡੀਓਜ਼ ਲੈ ਕੇ ਆ ਰਹੇ ਹਾਂ ਚੈਨਲ ਦੇ ਉੱਤੇ, ਅਤੇ ਐਡਮਿਸ਼ਨਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ, ਕਿਹੜੀ ਯੂਨੀਵਰਸਿਟੀ ਦੇ ਫਾਰਮ ਨਿਕਲੇ ਹੋਏ ਐਡਮਿਸ਼ਨ ਦੇ, ਕਿਹੜੇ ਔਨਲਾਈਨ ਨਿਕਲੇ ਹੋਏ ਆ, ਕਿਵੇਂ ਤੁਸੀਂ ਅਪਲਾਈ ਕਰ ਸਕਦੇ ਆ, ਅਤੇ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ। ਇਸ ਤੋਂ ਇਲਾਵਾ ਕੋਈ ਨੇਬਰਹੁੱਡ ਕੈਂਪਸਿਸ ਹੁੰਦੇ ਆ, ਜਿੱਦਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਉੱਥੇ ਵੀ ਐਡਮਿਸ਼ਨਸ ਚੱਲ ਰਹੀਆਂ ਨੇ। ਅਤੇ ਇੱਕ ਜਿੱਦਾਂ ਕਿ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਨੇਬਰਹੁੱਡ ਕੈਂਪਸ ਹੈ ਇੱਕ ਅਕਾਲੀ ਫੂਲਾ ਸਿੰਘ ਦਿੱਲਾ ਸੀਹਾਂ ਦੇ ਵਿੱਚ, ਅਤੇ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਾਂਗੇ। ਜਿਹੜੇ ਜਿਹੜੇ ਕੈਂਡੀਡੇਟ ਉੱਥੋਂ ਕੋਈ ਵੀ ਕੋਰਸ ਕਰਨਾ ਚਾਹੁੰਦੇ ਆ BA BCA, ਤਾਂ ਉਹ ਤੁਹਾਨੂੰ ਲਿੰਕ PGDCA ਵਗੈਰਾ ਦਾ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਅਤੇ ਕੋਈ ਵੀ ਫੀਸ ਨਹੀਂ ਆ, ਸਭ ਤੋਂ ਅੱਛੀ ਗੱਲ ਇਹ ਆ, ਅਪਲਾਈ ਤੁਸੀਂ ਔਨਲਾਈਨ ਡਾਇਰੈਕਟਲੀ ਕਰ ਸਕਦੇ ਹੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਅਤੇ ਬਾਕੀ ਦੋਸਤੋ, JEE ਮੇਨ ਦੇ ਕੁਐਸਚਨ ਪੇਪਰਸ ਦੇ ਲਈ ਤੁਸੀਂ ਸਾਨੂੰ ਜ਼ਰੂਰ ਸੰਪਰਕ ਕਰਨਾ ਜਿਹੜੇ ਕੈਂਡੀਡੇਟ ਤਿਆਰੀ ਕਰ ਰਹੇ ਆ। ਅਤੇ ਆਲ ਦੀ ਬੈਸਟ ਆ ਸਾਰੇ ਕੈਂਡੀਡੇਟਸ ਨੂੰ, ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਅਤੇ ਬਾਕੀ ਜਾਣਕਾਰੀਆਂ ਲਈ ਸਾਡੇ ਨਾਲ ਜੁੜੇ ਰਹੋ। ਧੰਨਵਾਦ, ਸਤਿ ਸ਼੍ਰੀ ਅਕਾਲ।